ਤੇ ਹੁਣ ਗੱਲ ਕਰਾਂਗੇ ਸਿਆਸੀ 9 ਮਾਸ ਦੇ ਰਿਸ਼ਤੇ ਦੀ। ਦੱਸਦੇ ਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਤੋਂ ਲੈ ਕੇ ਹੁਣ ਸਿਕੰਦਰ ਸਿੰਘ ਮਲੂਕਾ ਹੋਰਾਂ ਨੇ ਇੱਕ ਵੱਡਾ ਬਿਆਨ ਦਿੱਤਾ ਤੇ ਉਹਨਾਂ ਕਿਹਾ ਕਿ ਭਾਜਪਾ ਤੋਂ ਇਲਾਵਾ ਕਿਸੇ ਹੋਰ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ। ਉਹਨਾਂ ਕਿਹਾ ਕਿ ਜੇ ਭਵਿੱਖ ਦੇ ਵਿੱਚ ਕਦੇ ਗੱਠਜੋੜ ਹੁੰਦਾ ਤਾਂ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਵੱਡੇ ਭਰਾ ਦੀ ਭੂਮਿਕਾ ਨਿਭਾਏਗਾ। ਤੇ ਸਿਕੰਦਰ ਸਿੰਘ ਮਲੂਕਾ ਨੇ ਸੂਬੇ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਕਿਸੇ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਆ। ਸੋ ਦੱਸ ਦਈਏ ਕਿ ਉਹਨਾਂ ਕਿਹਾ ਕਿ ਭਾਜਪਾ ਤੋਂ ਇਲਾਵਾ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕਰ ਸਕਦਾ ਸ਼੍ਰੋਮਣੀ ਅਕਾਲੀ ਦਲ। ਸੋ ਕਿਤੇ ਨਾ ਕਿਤੇ ਹੁਣ ਦੇਖਣ ਵਾਲੀ ਗੱਲ ਰਹੇਗੀ ਕਿ ਇਸ ਬਿਆਨ ਤੋਂ ਬਾਅਦ ਭਾਜਪਾ ਦਾ ਕਿਹੋ ਜਿਹਾ ਜਿਹੜਾ ਰੁੱਖ ਰਹਿੰਦਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ, ਕਿਉਂਕਿ ਕਿਸਾਨੀ ਅੰਦੋਲਨ ਦੇ ਦਰਮਿਆਨ ਜਿਹੜਾ ਤੋੜ ਵਿਛੋੜਾ ਹੋਇਆ ਜਾਂ ਫਿਰ ਕਹਿ ਲਈਏ ਕਿ ਗੱਠਜੋੜ ਟੁੱਟਿਆ, 9 ਮਾਸ ਦਾ ਰਿਸ਼ਤਾ ਅਲੱਗ ਹੁੰਦਾ ਹੋਇਆ ਦਿਖਾਈ ਦਿੱਤਾ, ਕਿ ਹੁਣ ਉਹ ਮੁੜ ਤੋਂ ਜੁੜਦਾ ਦਿਖਾਈ ਦੇਊਗਾ, ਇਹ ਇੱਕ ਵੱਡਾ ਸਵਾਲ ਹੈ। ਅਤੇ ਕਿਤੇ ਨਾ ਕਿਤੇ ਹੁਣ ਦੇਖਣਾ ਹੋਏਗਾ ਕਿ ਉਸ 'ਤੇ ਭਾਰਤੀ ਜਨਤਾ ਪਾਰਟੀ ਕੀ ਰਿਐਕਸ਼ਨ ਕਰਦੀ। ਕਮਿਸ਼ਨ ਆ, ਉਹਨਾਂ ਨੇ ਵੀ ਸਾਡੀ ਸਰਕਾਰ 'ਚ ਮਿਨਿਸਟਰੀਆਂ ਭੋਗੀਆਂ, ਅਸੀਂ ਉਹਨਾਂ ਦੀ ਜੀ ਭੋਗੀਆਂ, ਤਾਂ ਬਰਾਬਰ ਸੀਗਾ ਦੋਨੇ। ਉੱਥੇ ਉਹ ਵੱਡੇ ਭਾਈ ਸੀ, ਉੱਥੇ ਸਾਡੇ ਵਜ਼ੀਰ ਸੀਗੇ, ਇੱਥੇ ਅਸੀਂ ਵੱਡੇ ਭਾਈ ਸੀ, ਇੱਥੇ ਉਹਨਾਂ ਦੇ ਵਜ਼ੀਰ ਸੀਗੇ, ਉਹ ਤਾਂ ਬਰਾਬਰ ਚੱਲਦੀ ਸੀ। ਪੰਜਾਬ ਦੇ ਵਿੱਚ ਸਮਝੌਤਾ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਵੱਡਾ ਭਾਈ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਹੀ ਰਹੇਗਾ। ਮੈਂ ਠੋਕ ਵਜਾ ਕੇ ਕਹਿੰਦਾ, ਨਹੀਂ ਸਮਝੌਤਾ ਨਹੀਂ ਹੋਏਗਾ। ਸੋ ਇਸ ਦੇ ਨਾਲ ਹੀ ਇਸ ਖਬਰ 'ਤੇ ਹੋਰ ਵਧੇਰੇ ਜਾਣਕਾਰੀ ਲੈ ਲੈਂਦੇ। ਸਾਡੇ ਨਾਲ ਸਾਡੇ ਸਹਿਯੋਗੀ ਬਿਮਲ ਫੋਨ ਲਾਈਨ 'ਤੇ ਜੁੜਿਆ। ਬਿਮਲ, ਜੋ ਸਿਕੰਦਰ ਸਿੰਘ ਮਲੂਕਾ ਹੋਰਾਂ ਦੀ ਸਟੇਟਮੈਂਟ, ਉਹਨਾਂ ਦਾ ਵੱਡਾ ਬਿਆਨ ਕਿ ਜੇਕਰ ਕਦੇ ਭਵਿੱਖ 'ਚ ਗੱਠਜੋੜ ਹੁੰਦਾ ਤਾਂ ਫਿਰ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ ਹੋਏਗਾ, ਇਸ ਨੂੰ ਹੁਣ ਕੀ ਸਮਝੀਏ, ਇਸ ਬਿਆਨ ਦੇ ਕੀ ਮਾਇਨੇ ਸਮਝੀਏ, ਤਾਂ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਕੋਈ ਰਿਐਕਸ਼ਨ ਆਇਆ ਹੋਵੇ ਇਸ 'ਤੇ? ਜੀ, ਫਿਲਹਾਲ ਬੀਜੇਪੀ ਵੱਲੋਂ ਹਲੇ ਕੁਛ ਬਿਆਨ ਜਿਹੜਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ, ਮਗਰ ਜਿਸ ਮਲੂਕਾ ਜੀ ਦਾ ਕੱਲ ਬਿਆਨ ਆਇਆ ਹੈਗਾ ਕਿ ਅਗਰ ਗੱਠਜੋੜ ਹੋ ਸਕਦਾ ਤਾਂ ਸਿਰਫ ਬੀਜੇਪੀ ਨਾਲ ਹੋ ਸਕਦਾ, ਕਿਉਂਕਿ ਉਹ ਕਹਿੰਦੇ ਕਿ ਸਾਡਾ ਕਾਂਗਰਸ ਨਾਲ ਤਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਲੈਣ ਦੇਣ ਨਹੀਂ ਹੈ, ਤੇ ਕਾਂਗਰਸ ਨਾਲ ਅਸੀਂ ਨਹੀਂ ਕਰ ਸਕਦੇ, ਔਰ ਸਾਡਾ ਪੁਰਾਣਾ ਨਾਤਾ ਜਿਹੜਾ ਹੈਗਾ ਬੀਜੇਪੀ ਨਾਲ ਜੁੜਿਆ, ਤੇ ਬੀਜੇਪੀ ਨਾਲ ਹੀ ਜਿਹੜਾ ਸਾਡਾ ਸਮਝੌਤਾ ਜਿਹੜਾ ਹੋ ਸਕਦਾ। ਪਰ ਅਗਰ ਇਸ ਬਾਰੇ ਅਗਰ ਗੱਲ ਕਰ ਲਈ ਜਾਵੇ ਤਾਂ ਸੀਟਾਂ ਦੀ ਵੰਡ ਦੀ ਗੱਲ ਕਰ ਲਈ ਜਾਵੇ, ਕਿਉਂਕਿ ਪਹਿਲਾਂ ਬੀਜੇਪੀ ਨੂੰ ਬਹੁਤ ਹੀ ਘੱਟ ਸੀਟਾਂ ਜਿਹੜੀਆਂ ਪੰਜਾਬ 'ਚ ਦਿੱਤੀਆਂ ਜਾਂਦੀਆਂ ਸੀਗੀਆਂ, ਔਰ ਇਸ ਵਾਰ ਦੀ ਗੱਲ ਕਰ ਲਈ ਜਾਵੇ ਤਾਂ ਹੁਣ ਸੀਟਾਂ ਦੀ ਵੰਡ ਵੀ ਕਿਤੇ ਨਾ ਕਿਤੇ ਬਰਾਬਰ ਹੋਏਗੀ, ਕਿਉਂਕਿ ਅਕਾਲੀ ਦਲ ਵੀ ਕਿਤੇ ਨਾ ਕਿਤੇ ਹਾਸ਼ੀਏ 'ਚ ਚਲਾ ਗਿਆ ਹੈਗਾ, ਔਰ ਬੀਜੇਪੀ ਲਗਾਤਾਰ ਪੰਜਾਬ ਦੇ ਵਿੱਚ ਪਕੜ ਬਣਾਉਂਦੀ ਨਜ਼ਰ ਆ ਰਹੀ ਹੈ, ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜਿਹੜੇ ਹੈ ਬੀਜੇਪੀ ਜੁਆਇਨ ਕਰ ਚੁੱਕੇ ਆ, ਔਰ ਬੀਜੇਪੀ ਹੁਣ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਜਿਹੜੀ ਵਾਪਸੀ ਕਰ ਸਕਦੀ ਹੈ। ਇਹਨੂੰ ਲੈ ਕੇ ਜਿਹੜਾ ਹੈ ਅਕਾਲੀ ਦਲ ਹੁਣ ਬੀਜੇਪੀ ਨਾਲ ਗੱਠਜੋੜ ਦੀਆਂ ਕਿਤੇ ਨਾ ਕਿਤੇ ਗੱਲਾਂ ਚੱਲ ਰਹੀਆਂ, ਜਿਹੜਾ ਕਿ ਕੱਲ੍ਹ ਇਹਨਾਂ ਦੇ ਬਿਆਨ ਤੋਂ ਸਾਹਮਣੇ ਆਇਆ ਹੈਗਾ, ਔਰ ਲੱਗਦਾ ਕਿ ਬਹੁਤ ਜਲਦ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਗੱਠਜੋੜ ਹੋ ਜਾਏਗਾ, ਮਗਰ ਹਾਲੇ ਤੱਕ ਜਦੋਂ ਤੱਕ ਬੀਜੇਪੀ ਦਾ ਕੋਈ ਪ੍ਰਤੀਕਰਮ ਸਾਹਮਣੇ ਨਹੀਂ ਆਉਂਦਾ ਉਦੋਂ ਤੱਕ ਕੁਝ ਵੀ ਜਿਹੜਾ ਕਿਹਾ ਨਹੀਂ ਜਾ ਸਕਦਾ। ਜੀ ਠੀਕ ਹੈ ਬਿਮਲ, ਸ਼ੁਕਰੀਆ ਤੁਹਾਡਾ ਬਹੁਤ ਬਹੁਤ ਤਮਾਮ ਜਾਣਕਾਰੀ ਦੇਣ ਦੇ ਲਈ।